ਸਤਿ ਸ੍ਰੀ ਅਕਾਲ ਜੀ, ਮੈਂ ਆਰਿਆ ਬੱਬਰ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਸਾਰੇ ਜਾ ਕੇ ਲੋਕਡਾਊਨ 'ਚ ਘਰੇ ਬੈਠੇ ਹੋਏ ਆ, ਅਤੇ ਅਸੀਂ ਸਾਰੇ ਘਰੇ ਬੈਠ ਕੇ ਕਿਤੇ ਨਾ ਕਿਤੇ ਇਹ ਕਰੋਨਾ ਵਾਇਰਸ ਨੂੰ ਨਾ ਫੈਲਣ ਤੋਂ ਰੋਕਿਆ ਹੈ। ਅਤੇ ਦੂਜੀ ਗੱਲ, ਮੈਨੂੰ ਪਤਾ ਜੀ, ਕਹਿਣਾ ਬੜਾ ਸੌਖਾ ਹੈ ਪਰ ਕਰਨਾ ਉਨਾ ਹੀ ਔਖਾ ਹੈ। ਵਰਕ ਫਰੋਮ ਹੋਮ ਨਹੀਂ ਹੁੰਦਾ, ਮੇਰੇ ਤੋਂ ਵੀ ਨਹੀਂ ਹੋਇਆ। ਮੇਰੀ ਫਿਲਮ ਸ਼ੁਰੂ ਹੋਈ ਸੀ ਲੋਕਡਾਊਨ ਤੋਂ ਪਹਿਲਾਂ, ਜੱਟੀ 15 ਮੁਰੱਬਿਆਂ ਵਾਲੀ, ਅਤੇ ਜਦੋਂ ਲੋਕਡਾਊਨ ਹੋਇਆ ਫਿਲਮ ਪੌਜ਼ ਹੋ ਗਈ, ਅਸੀਂ ਸਾਰੇ ਘਰੇ ਚਲੇ ਗਏ ਆਪਣੇ ਆਪਣੇ। ਸਾਡੇ ਡਾਇਰੈਕਟਰ ਸਾਹਿਬ ਦੇਵੀ ਸ਼ਰਮਾ ਸਾਹਿਬ, ਰਾਈਟਰ ਸਾਹਿਬਾ ਖੁਸ਼ਬੂ ਸ਼ਰਮਾ ਜੀ, ਮੇਰੀ ਫਿਲਮ ਦੀ ਪ੍ਰੋਟੈਗਨਿਸਟ ਗੁਗਨੀ ਗਿੱਲ, ਮੈਂ ਉਹਨਾਂ ਨੂੰ ਪ੍ਰੋਟੈਗਨਿਸਟ ਕਹਿੰਦਾ, ਹੀਰੋਇਨ ਨਹੀਂ ਕਹਿੰਦਾ, ਉਹਨਾਂ ਦਾ ਰੋਲ ਬਹੁਤ ਵਧੀਆ ਹੈ ਫਿਲਮ 'ਚ। ਐਂਡ ਅਸੀਂ ਸਾਰੇ ਇਸ ਵੇਲੇ ਆਪਣੇ ਆਪਣੇ ਘਰੇ ਬੈਠੇ ਹੋਏ ਹਾਂ, ਐਂਡ ਕੋਸ਼ਿਸ਼ ਕਰ ਰਹੇ ਹਾਂ ਇੱਕ ਦੂਜੇ ਦੇ ਨਾਲ ਕੰਟੈਕਟ 'ਚ ਰਹੇ, ਸਕ੍ਰਿਪਟ ਦੇ ਉੱਤੇ ਗੱਲਾਂ ਕਰੇ, ਕਿਸੇ ਤਰੀਕੇ ਨਾਲ ਆਪਣੀ ਇਸ ਫਿਲਮ ਦੀ ਜੋ ਸਪਿਰਿਟ ਹੈ, ਪੈਸ਼ਨ ਹੈ, ਉਹਨੂੰ ਔਨ ਰੱਖੇ। ਲਾਸਟ 'ਚ ਸਿਰਫ ਇੱਕੋ ਚੀਜ਼ ਕਹਾਂਗਾ, ਮੈਨੂੰ ਪਤਾ ਹੈ ਇਹ ਵਕਤ ਬੜਾ ਮੁਸ਼ਕਿਲ ਆ, ਪਰ ਡਟੇ ਰਹੋ ਯਾਰ, ਮਿਲਦੇ ਹਾਂ ਛੇਤੀ, ਹੈਂ, ਸਟੇ ਪੋਜ਼ਿਟਿਵ।